हिंदुस्तान को बचाने के लिए, हिंदुस्तान के हर नागरिक को बचाने के लिए, आपको बचाने के लिए, आपके परिवार को बचाने के लिए आज रात 12 बजे से घरों से बाहर निकलने पर पूरी तरह पाबंदी लगाई जा रही है। देश के हर राज्य को, हर केंद्र शासित प्रदेश को, हर जिले, हर गांव, हर कस्बे, हर गली मोहल्ले को अब लॉकडाउन किया जा रहा है। ये एक तरह से कर्फ्यू ही है। जनता कर्फ्यू से भी कुछ कदम आगे की बात, जनता कर्फ्यू से जरा ज्यादा सख्त। कोरोना महामारी के खिलाफ निर्णायक लड़ाई के लिए ये कदम अब बहुत आवश्यक है। निश्चित तौर पर इन लॉकडाउन की एक आर्थिक कीमत देश को उठानी पड़ेगी। सत श्री अकाल जी। जिवें असीं जानते हाँ कि इस वक्त पंजाब दे विच कर्फ्यू लग्या होया है, कोरोना वायरस नूं ख़त्म करन लई इह बहुत जरूरी है कि असीं सारे इस कर्फ्यू दे विच प्रशासन दे नाल, पुलिस दे नाल सहयोग दे के चलीए, अपने घरां दे विच ही रहिए ते बाहर बिल्कुल ना निकलिए। इस लई जरूरी वस्तुआं तुहानूं घर दे विच ही मुहैया कराउण लई प्रशासन वल्लों पूरे इंतजाम कर ले गए हन। कल यानी 25 तरीक तों किसी नूं भी जेकर दवाई की लोड़ पैंदी है या घर दे विच किसी खाण पीन की वस्तु की लोड़ पैंदी है, उहदे लई डिलीवरी घर दे विच ही की जाएगी। इस दे लई तुहानूं कुछ टैलीफोन नंबरस मुहैया करवाए जाएंगे, फ्लैश करवाए जाएंगे मीडिया के माध्यम के नाल। इन्हां नंबरस ते कॉल करके तुसी जेकर तुहानूं किसी दवाई की जरूरत है या किसी खाण पीन की वस्तु की जरूरत है उहदा ऑर्डर दे सकते हो ते उह तुहाडे घर ही डिलीवर होएगी। इस तों इलावा सब्जियां दे लई भी होम डिलीवरी का सिस्टम बना लिया गया है। ये सब्जियां दे वेंडर्स गली गली जाके सब्जियां वेचणगे ते इहदे लई भी तुहानूं बाहर निकलण की बिल्कुल भी जरूरत नहीं है। दुध अते न्यूज़पेपर पहले वांग ही घर घर मुहैया करवाए जाणगे। मेरी आप सब नूं बेनती है कि इस कर्फ्यू दे विच घर रह के इस कर्फ्यू नूं कामयाब बनाइए ता कि करोना वायरस नूं असीं रोक सकीए ते इस तों बच सकीए। मैं फिर एक बारी अपील करती हाँ कि पुलिस प्रशासन ते हेल्थ वर्कर्स जिहड़े इस समय अपनी जान खतरे दे विच पा के ड्यूटी निभा रहे ने दिन रात, उन्हां दी खातर असीं इस कर्फ्यू दे विच अपने घर दे विच ही रहिए ते प्रशासन ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਖਾਣ ਪੀਣ ਦਾ ਸਮਾਨ ਸਟੋਰ ਨਾ ਕੀਤਾ ਜਾਵੇ ਅਤੇ ਲੋੜ ਅਨੁਸਾਰ ਹੀ ਖਰੀਦ ਕੀਤਾ ਜਾਵੇ, ਮੰਡੀ ਵਿੱਚ ਭੀੜ ਨਾ ਕੀਤੀ ਜਾਵੇ। ਨਮਸਕਾਰ, ਮੈਂ ਨੀਤੂ ਸ਼ਰਮਾ, ਤੁਸੀਂ ਦੇਖ ਰਹੇ ਯੂਫੋ ਨਿਊਜ਼ ਦੇ ਪੰਜਾਬੀ ਖਬਰਾਂ। ਅੱਜ ਸਾਡੇ ਨਾਲ ਯੂਫੋ ਨਿਊਜ਼ ਦੇ ਚੀਫ ਐਡੀਟਰ ਮਿਸਟਰ ਸ਼ਰਮਿੰਦਰ ਸਿੰਘ ਜੀ ਬੈਠੇ ਹੋਏ ਨੇ। ਅੱਜ ਦੀਆਂ ਵਿਸ਼ੇਸ਼ ਖਬਰਾਂ ਇਸ ਤਰ੍ਹਾਂ ਨੇ।
ਹੁਸ਼ਿਆਰਪੁਰ ਵਿਖੇ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਤੋਂ ਨਿਜਾਤ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਸਖਤੀ ਨਾਲ ਲਾਗੂ ਕੀਤੇ ਗਏ ਕਰਫਿਊ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਸ਼ਾਸਨ ਵੱਲੋਂ ਸਖਤੀ ਨਾਲ ਕੰਟਰੋਲ ਕਰਨ ਤੇ ਸ਼ਾਂਤਮਈ ਮਾਹੌਲ ਬਣਾਇਆ ਗਿਆ। ਜ਼ਿਲ੍ਹਾ ਹੁਸ਼ਿਆਰਪੁਰ ਦੇ ਹਰ ਚੌਂਕ ਗਲੀ ਮੁਹੱਲਾ ਵਿੱਚ ਸੰਨਾਟਾ ਵੇਖਣ ਨੂੰ ਮਿਲਿਆ। ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ। ਆਉਂਦੇ ਜਾਂਦੇ ਰਾਹਗੀਰਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਮੌਕੇ ਤੇ ਸ਼੍ਰੀਮਤੀ ਅਪਨੀਤ ਰਿਆਏ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਹਰੇਕ ਗਲੀ ਮੁਹੱਲਾ ਚੌਂਕ ਪਿੰਡ ਅਤੇ ਸ਼ਹਿਰ ਅਤੇ ਕਸਬਿਆਂ ਦੇ ਵਿੱਚ ਜਾ ਕੇ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ। ਉਹਨਾਂ ਨੇ ਇਸ ਮੌਕੇ ਤੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਅਤੇ ਅਪੀਲ ਕੀਤੀ ਲੋਕਾਂ ਨੂੰ ਕਿ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੋ ਤਾਂ ਜੋ ਇਹ ਕੋਰੋਨਾ ਵਾਇਰਸ ਛੇਤੀ ਹੀ ਮੁਕਤੀ ਮਿਲ ਸਕੇ। ਸਾਨੂੰ ਪਤਾ ਲੱਗ ਗਿਆ ਤੁਸੀਂ ਜਾ ਰਹੇ ਹੋ ਉੱਧਰ ਸਰ ਮੇਰੇ ਕੋਲ ਪਾਸ ਵਗੈਰਾ ਹੈਗਾ ਮੇਰੇ ਕੋਲ ਪਾਸ ਡਾਕਟਰ ਕੋਲ ਖਾਣਾ ਤੁਸੀਂ ਲਿਖਾਣਾ ਨਾ ਡਾਕਟਰ ਸਾਨੂੰ ਸਾਡੇ ਪੇਸ਼ੈਂਟ ਦੇ ਰੱਖ ਲਿਆ ਠੀਕ ਹੈ ਜੀ ਇਹ ਗਲੀਆਂ ਲਿਖਾ ਕੇ ਸਾਨੂੰ ਤਾਂ ਹੀ ਪਤਾ ਲੱਗੂ ਠੀਕ ਹੈ। ਇਹ ਕੋਰੋਨਾ ਵਾਇਰਸ ਇੱਕ ਭਿਆਨਕ ਬਿਮਾਰੀ ਆ। ਸਰਕਾਰ ਨੂੰ ਇਹਨਾਂ ਦੇ ਜਿਹੜੀ ਬਿਮਾਰੀ ਆ ਮੰਨੇ 'ਚ ਨਖਰੇ ਹੋਏ ਕਰਫਿਊ ਲਗਾਇਆ ਗਿਆ ਹੈ। ਜਨਤਾ ਦੀ ਹਿਫਾਜ਼ਤ ਨੂੰ ਦੇਖਦੇ ਹੋਏ ਬੰਦ ਕੀਤਾ ਗਿਆ ਪਰ ਫਿਰ ਵੀ ਜਿਹੜੇ ਲੋਕ ਆ ਕਾਫੀ ਆ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਸੁਵਿਧਾ ਦੀ ਲੋੜ ਆ ਉਹ ਜਾ ਰਿਹਾ ਥੋੜ੍ਹਾ ਬਹੁਤਾ ਇੱਕਾ ਦੁੱਕਾ। ਬਾਕੀ ਸਭ ਤਕਰੀਬਨ ਬੰਦ ਆ ਸਾਰੇ ਬਾਜ਼ਾਰ ਬੰਦ ਹੋਏ ਨੇ ਪਬਲਿਕ ਵੀ ਸਾਡਾ ਸਾਥ ਦੇ ਰਹੀ। ਮੈਂ ਸੰਜੀਵ ਅਰੋੜਾ ਇੰਸਪੈਕਟਰ ਨਗਰ ਨਿਗਮ ਹੁਸ਼ਿਆਰਪੁਰ ਅੱਜ ਅਸੀਂ ਸਾਡੇ ਨਗਰ ਨਿਗਮ ਵੱਲੋਂ ਕੋਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਪੂਰੇ ਸ਼ਹਿਰ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਜਦਕਿ ਜੋ ਕੱਲ੍ਹ ਦਾ ਸੈਨੇਟਾਈਜੇਸ਼ਨ ਕੀਤੀ ਗਈ ਹੈ BSNL ਐਕਸਚੇਂਜ ਜਿਹੜੀਆਂ ਹਨ ਉੱਥੇ ਵੀ ਸੈਨੇਟਾਈਜੇਸ਼ਨ ਕੀਤੀ ਗਈ ਹੈ। ਹੋਸਪਿਟਲ ਵਗੈਰਾ ਔਰ ਰੇਲਵੇ ਸਟੇਸ਼ਨ ਬੱਸ ਸਟੈਂਡ ਇਹ ਸਾਰਾ ਜਿਹੜਾ ਆ ਨਗਰ ਨਿਗਮ ਵੱਲੋਂ ਇਸ ਨੂੰ ਸੈਨੇਟਾਈਜ਼ ਜਿਹੜਾ ਆ ਕੀਤਾ ਜਾ ਰਿਹਾ ਹੈ ਔਰ ਨਗਰ ਨਿਗਮ ਦੀਆਂ ਗੱਡੀਆਂ ਬਕਾਇਦਾ 5 ਗੱਡੀਆਂ ਜਿਹੜੀਆਂ ਨੇ ਉਹ ਬਕਾਇਦਾ ਅਵੇਅਰਨੈਸ ਵਾਸਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਜਿਹੜੀਆਂ ਕਿ ਘੁੰਮ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ। ਇਸ ਦੇ ਨਾਲ ਹੀ ਨਗਰ ਨਿਗਮ ਵੱਲੋਂ ਆਪਣੀਆਂ ਜਿਹੜੀਆਂ ਟੀਮਾਂ ਸੀਗੀਆਂ ਉਹ ਪਹਿਲਾਂ ਪੈਂਫਲੈਟ ਦੇ ਕੇ ਡੋਰ ਟੂ ਡੋਰ ਜਿਹੜੀਆਂ ਆ ਉਹ ਪਹਿਲਾਂ ਭੇਜੀਆਂ ਗਈਆਂ ਸਨ ਤਾਂ ਜੋ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਅਤੇ ਇਸ ਦੇ ਨਾਲ ਹੀ ਜੋ ਗਵਰਨਮੈਂਟ ਦੀਆਂ ਗਾਈਡਲਾਈਨਸ ਦੇ ਮੁਤਾਬਕ ਅਗਰ ਸ਼ਹਿਰ ਦੇ ਵਿੱਚ ਕੋਈ ਤੁਹਾਨੂੰ ਬੈਗਰ ਕਿਤੇ ਵੀ ਨਜ਼ਰ ਆਉਂਦਾ ਹੈ ਤਾਂ ਉਸਨੂੰ ਅਸੀਂ ਬੈਗਰ ਨੂੰ ਲਿਜਾ ਕੇ ਤਾਂ ਅਸੀਂ ਨਾਈਟ ਸ਼ੈਲਟਰ ਦੇ ਵਿੱਚ ਜਿਹੜੀ ਆ ਜਗ੍ਹਾ ਅਸੀਂ ਉਹ ਉਪਲਬਧ ਕਰਾ ਰਹੇ ਹਾਂ ਤਾਂ ਕਿ ਕੋਈ ਵੀ ਭੁੱਖ ਤੋਂ ਬਿਨਾਂ ਕਿਸੇ ਨੂੰ ਕੋਈ ਪ੍ਰੋਬਲਮ ਨਾ ਆ ਸਕੇ ਤਾਂ ਜੋ ਉਸਨੂੰ ਨਾਈਟ ਸ਼ੈਲਟਰ ਦੇ ਵਿੱਚ ਅਸੀਂ ਸ਼ਿਫਟ ਕਰ ਰਹੇ ਹਨ। ਹੁਣੇ ਹੁਣੇ ਸਾਨੂੰ ਸਿਵਲ ਹੋਸਪਿਟਲ ਦੇ ਨਜ਼ਦੀਕ ਜਲੰਧਰ ਰੋਡ 'ਤੇ ਇੱਕ ਬੈਗਰ ਜੋ ਕਿ ਉੱਥੇ ਬੈਠਾ ਹੋਇਆ ਸੀਗਾ ਉਹ ਮਿਲਿਆ ਉਸਨੂੰ ਅਸੀਂ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਬਕਾਇਦਾ ਉਹਨੂੰ ਅਸੀਂ ਨਾਈਟ ਸ਼ੈਲਟਰ ਦੇ ਵਿੱਚ ਅਸੀਂ ਪਹੁੰਚਾ ਕੇ ਆਏ। ਗਰੀਬ ਲੋਕ ਹੈਗੇ ਚੁੱਕੀ ਚੌਂਕੀ ਵਾਲੇ ਹੈਗੇ ਮਜ਼ਦੂਰ ਹੈਗੇ ਦੇਖੋ ਇਸ ਦੇ ਸੰਬੰਧ ਵਿੱਚ ਮੇਰੇ ਖਿਆਲ ਮੀਟਿੰਗ ਚੱਲ ਰਹੀ ਹੈ ਬਾਕੀ NGOs ਵੱਲੋਂ ਜਿਹੜਾ ਆ ਉਹ ਸਹਿਯੋਗ ਪੂਰਾ ਮਿਲ ਰਿਹਾ ਹੈਗਾ। ਮੈਨੂੰ ਹੁਣੇ ਹੁਣੇ ਬਲ ਸੇਵਾ ਸਮਿਤੀ ਹੈਗੀ ਹੈ ਉਹਨਾਂ ਵੱਲੋਂ ਇੱਕ ਵਟਸਐਪ 'ਤੇ ਮੈਸੇਜ ਆਇਆ ਹੈ ਕਿ ਅਗਰ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਰਾਸ਼ਨ ਵਗੈਰਾ ਦੇਣ ਦੀ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਦੀ ਸਮਿਤੀ ਜਿਹੜੀ ਹੈ ਉਹ ਹਰ ਵੇਲੇ ਤਿਆਰ ਹੈ। ਉਹ ਅਸੀਂ ਗੁਰਦੁਆਰਾ ਸਾਹਿਬ ਵੱਲੇ ਗਏ ਨਹੀਂ ਜਿਸ ਵੇਲੇ ਸਾਨੂੰ ਜ਼ਰੂਰਤ ਪੈਂਦੀ ਹੈ ਅਤੇ ਮੈਨੂੰ ਹੁਣ ਪਤਾ ਲੱਗਾ ਹੈ ਕਿ ਜਿਹੜੇ ਕੱਚੇ ਕੁਆਟਰ ਵਾਲੇ ਬਾਬਾ ਜੀ ਨੇ ਉਹ ਜਿਹੜੇ ਮੁਲਾਜ਼ਮ ਵਗੈਰਾ ਚੌਂਕਾਂ ਵਿੱਚ ਜਾਂ ਉੱਦਾਂ ਖੜ੍ਹੇ ਨੇ ਉਹ ਮੈਨੂੰ ਪਤਾ ਲੱਗਾ ਕਿ ਉਹ ਕਰਫਿਊ ਲੱਗਾ ਜੀ। ਮਾਹੌਲ ਵੈਸੇ ਹੁਣ ਸ਼ਾਂਤ ਆ ਜੀ। ਸਵੇਰੇ ਥੋੜ੍ਹੀ ਦਿੱਕਤ ਆਈ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਸੀ ਵੀ ਕਰਫਿਊ 'ਚ ਕੋਈ ਢਿੱਲ ਹੈ ਜਾਂ ਨਹੀਂ ਹੈ।
ਤੋ ਮਾਨਯੋਗ ਡੀਸੀ ਸਾਹਿਬ ਜਾਂ ਉਪਰਲੇ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਕਰਫਿਊ ਜਿਹੜਾ ਲਗਾ ਦਿੱਤਾ ਗਿਆ ਅਤੇ ਲਗਭਗ ਲੋਕਾਂ ਨੂੰ ਹੁਣ ਜਾਗਰਤ ਹੋ ਚੁੱਕੇ ਨੇ ਲੋਕ ਵੀ ਕਰਫਿਊ ਲੱਗਾ ਹੋਇਆ ਪਰ ਫਿਰ ਵੀ ਜਿਹੜੇ ਇੱਕਾ ਦੁੱਕਾ ਜਿਹੜੇ ਕੋਈ ਨਿਕਲਦੇ ਨੇ ਉਹਨਾਂ ਨੂੰ ਪੂਰੀ ਚੈੱਕ ਕਰ ਰਹੇ ਹਾਂ ਅਸੀਂ ਚੈੱਕ ਕਰਨ ਤੋਂ ਬਾਅਦ ਅਗਰ ਉਹਦਾ ਜੈਨੂਨ ਕੇਸ ਆ ਤਾਂ ਉਹਨੂੰ ਭੇਜ ਰਹੇ ਹਾਂ ਅੱਗੇ ਅਗਰ ਜੈਨੂਨ ਕੇਸ ਨਹੀਂ ਤਾਂ ਉਹਦੇ ਖਿਲਾਫ਼ ਮਹਿਕਮਾਨਾ ਕਾਰਵਾਈ ਅਸੀਂ ਕਰ ਰਹੇ ਹਾਂ ਐਟ ਦੀ ਸਪੋਟ ਪਨਿਸ਼ਮੈਂਟ ਜਿੱਦਾਂ ਬੱਚਿਆਂ ਨੂੰ ਖਾਸ ਕਰਕੇ ਬਜ਼ੁਰਗਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਦੀ ਆ ਵੀ ਤੁਸੀਂ ਬਜ਼ੁਰਗ ਸਮਝੋ ਗੱਲ ਨੂੰ ਅਤੇ ਬੱਚਿਆਂ ਨੂੰ ਥੋੜ੍ਹੀ ਜਿਹੀ ਪਨਿਸ਼ਮੈਂਟ ਆਉਣ ਦੀ ਰੋੜ ਦੇ ਰਹੇ ਹਾਂ ਅਸੀਂ ਤਾਂ ਕਹਿ ਰਹੇ ਹਾਂ ਵੀ ਤੁਸੀਂ ਨਹੀਂ ਇੱਦਾਂ ਕਰਨਾ ਔਰ ਆਪਣੀ ਗਲਤੀ ਨੂੰ ਫੀਲ ਕਰਕੇ ਵਾਪਸ ਆਪਣੇ ਘਰ ਜਾ ਰਹੇ ਨੇ ਖਾਣ ਪੀਣ ਦਾ ਸਾਡਾ ਤਾਂ ਵੈਸੇ ਆਪਣਾ ਆਪਣਾ ਪ੍ਰਬੰਧ ਹੈ ਜੀ ਅਤੇ ਵੈਸੇ ਮਹਿਕਮੇ ਦੇ ਤੌਰ 'ਤੇ ਵੀ ਗੱਡੀਆਂ ਕਿਸੇ ਲਈ ਆਫਿਸਰ ਸਾਹਿਬਾਨ ਡਿਪਲਾਈ ਕਰ ਦਿੰਦੇ ਨੇ ਪਰ ਫਿਰ ਹਾਲ ਸਾਨੂੰ ਅਜੇ ਤੱਕ ਤਾਂ ਨਹੀਂ ਕਿਸੇ ਨੇ ਕਿਹਾ ਵੀ ਕੋਈ ਆਈ ਜੀ ਚੀਜ਼ ਕੋਈ ਆਏਗੀ ਤੁਹਾਡੇ ਵਾਸਤੇ ਅਤੇ ਖਾਣਾ ਵਗੈਰਾ ਦੱਸਦੇ ਸੀ ਆਉਣਾ ਹੈ ਜੀ ਅਤੇ ਬਾਕੀ ਅਸੀਂ ਆਪਣਾ ਵੀ ਆਪਣੇ ਕੋਲ ਸਾਡਾ ਸਾਧਨ ਹੈਗਾ ਸਾਨੂੰ ਪਤਾ ਵੀ ਹਰ ਬੰਦੇ ਦੀ ਮਜਬੂਰੀ ਆ ਜੀ ਹਾਂ ਜਿਹੜੇ ਰਾਹਗੀਰ ਆ ਰਹੇ ਨੇ ਅਸੀਂ ਇਹਨਾਂ ਦੀ ਗੱਡੀਆਂ ਜਾਂ ਜੋ ਵੀ ਵਹੀਕਲ ਹੈ ਚੈੱਕ ਕਰੀਦਾ ਅਗਰ ਉਹ ਬੰਦਾ ਗੌਰਮੈਂਟ ਇੰਪਲਾਈ ਹੈ ਜਾਂਦਾ ਡਿਊਟੀ 'ਤੇ ਜਾ ਰਿਹਾ ਤਾਂ ਡੀ ਸੀ ਸਾਹਿਬ ਵੱਲੋਂ ਇੱਕ ਕਾਰਡ ਉਹਨਾਂ ਨੂੰ ਇਸ਼ੂ ਕੀਤੇ ਹੋਏ ਨੇ ਕੁਛ ਆਈਡੈਂਟੀ ਕਾਰਡ ਵੀ ਨੇ ਜਾਂ ਕਾਰਡ ਅਲੱਗ ਤੌਰ 'ਤੇ ਇਸ਼ੂ ਕੀਤੇ ਨੇ ਕਿਸੇ ਦੀ ਮੀਟਿੰਗਸ ਹੈ ਕਿਸੇ ਕੁਛ ਹੈਗੀਆਂ ਉਹਨਾਂ ਨੂੰ ਅਸੀਂ ਅੱਗੇ ਜਾਣ ਦੇ ਰਹੇ ਹਾਂ ਪਰ ਜਿਹੜੇ ਇਹ ਗੱਲ ਕਹਿ ਰਹੇ ਨੇ ਸਾਡੀ ਅੱਜ ਮੀਟਿੰਗ ਆ ਅਸੀਂ ਉਹਨੂੰ ਖਾਸ ਹਦਾਇਤ ਕਰ ਰਹੇ ਹਾਂ ਵੀ ਜੇ ਤੁਸੀਂ ਵਾਪਸ ਸਾਡੇ ਕੋਲ ਆਉਣਾ ਤਾਂ ਡੀ ਸੀ ਸਾਹਿਬ ਦਾ ਕਾਰਡ ਤੁਸੀਂ ਲੈ ਕੇ ਆਉਣਾ ਹਾਂ ਸਾਨੂੰ ਸਮੇਂ ਸਮੇਂ ਸਿਰ ਸਾਡੇ ਆਫਿਸ ਐਸ ਪੀ ਸਾਹਿਬ ਡੀ ਐਸ ਪੀ ਸਾਹਿਬ ਐਸ ਐਸ ਪੀ ਸਾਹਿਬ ਜਾਂ ਸਾਡੇ ਹੋਰ ਐਸ ਡੀ ਐਮ ਸਾਹਿਬ ਚੈੱਕ ਕਰ ਰਹੇ ਨੇ ਜੀ ਵੈਸੇ ਤਾਂ ਜੋ ਸਾਨੂੰ ਪਤਾ ਲੱਗਿਆ ਸੀਗਾ ਵੀ ਡੀ ਸੀ ਸਾਹਿਬ ਵੱਲੋਂ ਉਹ ਕਾਰਡ ਜਾਰੀ ਹੋਣਗੇ ਫਿਲਹਾਲ ਜਿਹੜੇ ਵੀ ਕਾਰਡ ਸਾਨੂੰ ਅਸੀਂ ਦਿਖਾ ਰਹੇ ਨੇ ਉਹ ਇੰਪਲਾਈ ਆਪਣੀ ਡਿਊਟੀ ਵਾਸਤੇ ਦਿਖਾ ਰਹੇ ਨੇ ਅਤੇ ਜਾਂ ਸਿਵਲ ਸਰਜਨ ਦੇ ਆਫਿਸ ਤੋਂ ਜਿਹੜੇ ਕਾਰਡ ਇਸ਼ੂ ਹੋਏ ਨੇ ਉਹ ਅਸੀਂ ਸਾਨੂੰ ਲੋਕਾਂ ਨੇ ਦਿਖਾਏ ਨੇ ਅਤੇ ਬੜੀ ਵਧੀਆ ਗੱਲ ਹੈ ਜੀ ਸਾਰੇ ਭਾਰਤ ਸਰਕਾਰ ਦਾ ਵਧੀਆ ਉਪਰਾਲਾ ਆ ਮੰਤਰੀ ਮੰਡਲ ਦਾ ਜੋ ਵੀ ਲਾ ਲਓ ਆਪਣੀ ਸਰਕਾਰ ਦਾ ਲਾ ਲਓ ਡੀ ਸੀ ਸਾਹਿਬ ਦਾ ਲਾ ਲਓ ਬਹੁਤ ਅੱਛਾ ਉਪਰਾਲਾ ਜੀ ਵੈਸੇ ਅਸੀਂ ਦੇਖ ਰਹੇ ਹਾਂ ਅੱਜ ਲੋਕਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ ਅਤੇ ਆਪਣੇ ਆਪਣੇ ਅੰਦਰ ਲੋਕ ਘਰ ਬੈਠੇ ਨੇ ਜ਼ਰੂਰੀ ਵਸਤਾਂ ਵਾਲੇ ਲੋਕ ਬਾਹਰ ਆ ਰਹੇ ਨੇ ਅਸੀਂ ਇਹਨਾਂ ਨੂੰ ਮੈਨੇਜ ਕਰ ਰਹੇ ਹਾਂ ਦੇਖ ਰਹੇ ਹਾਂ ਜੀ ਨੋ ਉਹਨਾਂ ਨੂੰ ਕੋਈ ਇੱਦਾਂ ਦੇ ਨਹੀਂ ਹੈ ਚਾਹੇ ਉਹ ਸਰਪੰਚ ਹੈ ਚਾਹੇ ਉਹ ਨੰਬਰਦਾਰ ਹੈ ਚਾਹੇ ਐਮ ਸੀ ਸਾਹਿਬਾਨ ਕੋਈ ਵੀ ਨਹੀਂ ਜੀ ਅਸੀਂ ਉਹਨਾਂ ਨੂੰ ਇਹ ਗੱਲ ਕਹਿੰਦੇ ਹਾਂ ਵੀ ਤੁਸੀਂ ਸਾਨੂੰ ਡੀ ਸੀ ਸਾਹਿਬ ਦਾ ਕਾਰਡ ਦਿਖਾ ਦਿਓ ਅਗਰ ਤੁਸੀਂ ਜਾਣਾ ਹੈ ਕਿਤੇ ਤੁਹਾਡੇ ਵਾਸਤੇ ਕੰਮ ਆ ਅਤੇ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਜ਼ਰੂਰ ਲੈ ਕੇ ਜਾਵਾਂਗੇ ਛੱਡ ਕੇ ਆਵਾਂਗੇ ਜੀ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਵੀ ਆਏ ਨੇ ਚੈੱਕ ਕਰਨ ਦੇਖੋ ਡੀ ਸੀ ਸਾਹਿਬ ਸੋਰੀ ਆਏ ਨੇ ਅਤੇ ਚੈਕਿੰਗ ਹੋ ਰਹੀ ਹੈ ਵਾਰ ਵਾਰ ਚੈੱਕ ਕਰ ਰਹੇ ਨੇ ਡੀ ਸੀ ਸਾਹਿਬ ਵੀ ਕਰ